ਕੈਨੇਡਾ 'ਚ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਦੇ ਸ਼ੁਰੂ ਹੋਣ ਦੇ ਨਾਲ ਹੀ ਅਲਬਰਟਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਵੱਧ ਸਕਦੇ ਨੇ। ਜੀ ਹਾਂ, ਇਹ ਕਹਿਣਾ ਹੈ ਕੈਬਨਿਟ ਮੰਤਰੀ ਸੋਹੀ ਦਾ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਵਿਵਾਦਿਤ ਟਰਾਂਸ ਮਾਊਂਟੇਨ ਪਾਈਪਲਾਈਨ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਦੇ ਕੁਦਰਤੀ ਸੋਮਿਆਂ ਅਤੇ ਕੈਬਨਿਟ ਮੰਤਰੀ ਅਮਰਜੀਤ ਸੋਹੀ ਨੇ ਇਸ ਸੰਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਬੁਲਾਈ। ਪ੍ਰੈਸ ਕਾਨਫਰੰਸ ਦੇ ਵਿੱਚ ਇਸ ਪ੍ਰੋਜੈਕਟ ਦੇ ਸੰਬੰਧੀ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਸਟਾਰ ਕੈਨੇਡਾ ਟੀਵੀ ਦੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕੀ ਕੁਝ ਕਿਹਾ, ਉਹ ਤੁਹਾਨੂੰ ਵੀ ਸੁਣਾ ਦਿੰਦੇ ਹਾਂ। ਸਾਰਿਆਂ ਤੋਂ ਪਹਿਲਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੀ ਕਿ ਤੁਸੀਂ ਮੌਕਾ ਕੱਢ ਕੇ ਅੱਜ ਇੱਥੇ ਮੇਰੇ ਦਫ਼ਤਰ ਦੇ ਵਿੱਚ ਆਏ ਹੋ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ੍ਹ ਆਪਣੀ ਗਵਰਨਮੈਂਟ ਨੇ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ, ਜਿਹੜੀ ਪਾਈਪਲਾਈਨ ਇੱਥੋਂ ਐਡਮਿੰਟਨ ਤੋਂ ਵੈਨਕੂਵਰ ਬਰਨਵੀ ਤੱਕ ਬਣਨੀ ਸੀ, ਟਰਾਂਸ ਮਾਊਂਟਨ ਪਾਈਪਲਾਈਨ ਐਕਸਪੈਂਸ਼ਨ, ਉਹਨੂੰ ਅੱਗੇ ਤੋਰਨ ਦਾ ਜਿਹੜੀ ਆ ਆਪਣੀ ਗਵਰਨਮੈਂਟ ਨੇ ਅਪਰੂਵਲ ਦਿੱਤੀ ਆ। ਮੈਂ ਸਮਝਦਾ ਇਹ ਕਿ ਫੈਸਲਾ ਅਲਬਰਟਾ ਦੇ ਲੋਕਾਂ ਵਾਸਤੇ, ਇੱਥੋਂ ਦੇ ਕਾਮਿਆਂ ਵਾਸਤੇ ਅਤੇ ਇੱਥੋਂ ਦੀ ਆਰਥਿਕਤਾ ਵਾਸਤੇ ਅਤੇ ਇਕਾਨਮੀ ਵਾਸਤੇ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਫੈਸਲਾ। ਅਲਬਰਟਾ ਦੇ ਵਿੱਚ ਅਸੀਂ ਜਿਹੜੇ ਸਾਡੇ ਕੁਦਰਤੀ ਵਸੀਲੇ ਆ, ਜਿਹੜਾ ਸਾਡਾ ਤੇਲ ਆ ਜਾਂ ਸਾਡੀ ਜਿਹੜੀ ਗੈਸ ਆ, ਉਹਨੂੰ ਅਸੀਂ ਇੰਨੇ ਵਧੀਆ ਢੰਗ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਡਿਵੈਲਪ ਕਰਦੇ ਆ ਰਹੇ ਹਾਂ ਕਿ ਉਹਦੇ ਨਾਲ ਹਜ਼ਾਰਾਂ ਹੀ ਲੋਕਾਂ ਨੂੰ ਅਲਬਰਟਾ ਦੇ ਵਿੱਚ ਇੱਥੇ ਰੁਜ਼ਗਾਰ ਮਿਲਦੇ ਨੇ, ਕੰਮ ਮਿਲਦੇ ਨੇ ਅਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਮੌਕਾ ਮਿਲਦਾ। ਅਤੇ ਇਸ ਪਾਈਪਲਾਈਨ ਦੀ ਅਪਰੂਵਲ ਦੇ ਨਾਲ ਅਲਬਰਟਾ ਦੇ ਵਿੱਚ ਹੋਰ ਨਵੇਂ ਕੰਮ ਕ੍ਰੀਏਟ ਹੋਣਗੇ ਅਤੇ ਲੋਕਾਂ ਵਾਸਤੇ ਹੋਰ ਨਵੇਂ ਮੌਕੇ ਪੈਦਾ ਹੋਣਗੇ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਵਧੀਆ ਬਣਾ ਸਕਣ। ਇਹ ਪਾਈਪਲਾਈਨ ਜਦੋਂ ਕੰਪਲੀਟ ਹੋ ਗਈ, ਜਦੋਂ ਇਹਦੀ ਸਾਰੀ ਕੰਸਟਰਕਸ਼ਨ ਮੁੱਕ ਗਈ, ਅਸੀਂ ਆਪਣਾ ਜਿਹੜਾ ਤੇਲ ਹੈ ਇਕੱਲੇ USA ਨੂੰ ਨਹੀਂ ਬਾਕੀ ਦੂਜੇ ਦੇਸ਼ਾਂ ਨੂੰ ਵੀ ਭੇਜ ਸਕਦੇ ਹਾਂ। ਇਸ ਵੇਲੇ ਸਾਡੇ ਵਾਸਤੇ ਜਿਹੜੀ ਸਭ ਤੋਂ ਜਿਹੜੀ ਗੱਲ ਸਾਡੀ ਅਲਬਰਟਾ ਦੀ ਇਕੋਨਮੀ ਨੂੰ ਨੁਕਸਾਨ ਪਹੁੰਚਾ ਰਹੀ ਹੈ ਉਹ ਇਹ ਹੈ ਕਿ ਸਾਡੇ ਕੋਲ ਸਿਰਫ ਅਤੇ ਸਿਰਫ ਇੱਕੋ ਕਸਟਮਰ ਹੈ, ਯੂਨਾਈਟਿਡ ਸਟੇਟਸ। ਅਸੀਂ ਸਾਰਾ ਦਾ ਸਾਰਾ ਤੇਲ ਜਿੰਨਾ ਬਾਹਰ ਵੇਚਦੇ ਹਾਂ ਉਹ ਇੱਕੋ ਦੇਸ਼ ਨੂੰ ਜਾਂਦਾ, ਅਤੇ ਜਦੋਂ ਤੁਹਾਡੇ ਕੋਲ ਇੱਕੋ ਦੇਸ਼ ਹੋਵੇ, ਇੱਕੋ ਕਸਟਮਰ ਹੋਵੇ, ਤਾਂ ਤੁਹਾਨੂੰ ਉਹਦੇ ਨਾਲ ਉਹ ਤੋਂ ਵਧੀਆ ਰੇਟ ਨਹੀਂ ਮਿਲਦੇ। ਅਤੇ ਆਪਣੇ ਦੇਸ਼ ਨੂੰ, ਆਪਣੇ ਅਲਬਰਟਾ ਦੇ ਤੇਲ ਨੂੰ ਵੇਚਣ ਵਾਸਤੇ ਸਾਨੂੰ ਦੂਜੇ ਦੇਸ਼ਾਂ ਦੇ ਵਿੱਚ ਜਿਹੜੀ ਆਪਣੀ ਮਾਰਕੀਟ ਹੈ ਉਹਨੂੰ ਵਧਾਉਣ ਦਾ ਜਿਹੜਾ ਹੁਣ ਮੌਕਾ ਮਿਲੇਗਾ। ਅਤੇ ਮੇਰੇ ਵਾਸਤੇ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਸੀਗਾ ਅਤੇ ਮੈਂ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਮਿਹਨਤ ਕੀਤੀ ਆ। 7 ਮਹੀਨਿਆਂ ਤੋਂ ਮੈਂ ਲਗਾਤਾਰ ਕੈਨੇਡਾ ਦੇ ਵੀ ਜਿੰਨੇ ਵੀ ਇੰਡੀਜਨਸ ਗਰੁੱਪਸ ਹੈਗੇ ਉਹਨਾਂ ਨੂੰ ਮਿਲਿਆ, ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਆ, ਸਾਡੀ ਸਾਰੀ ਟੀਮ ਨੇ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਆ। ਅਤੇ ਹੁਣ ਉਹ ਸਾਰੇ ਪ੍ਰੋਸੈਸ ਦੇ ਵਿੱਚ ਹੁਣ ਜਾਂਦੇ ਹੋਏ ਅਸੀਂ ਇਹ ਫੈਸਲਾ ਲਿਆ ਕਿ ਇਹ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਦੇ ਵਿੱਚ ਹੈ, ਕੈਨੇਡਾ ਦੇ ਹਿੱਤ ਦੇ ਵਿੱਚ ਹੈ, ਅਤੇ ਅਸੀਂ ਇਹਨੂੰ ਮਾਨਤਾ ਦਿੱਤੀ ਹੈ ਅਤੇ ਇਹਦੀ ਜਿਹੜੀ ਕੰਸਟਰਕਸ਼ਨ ਹੈ ਹੁਣ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਅਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਇਹ ਜਿਹੜਾ ਕੰਪਲੀਟ ਹੋ ਜਾਣਾ ਅਤੇ 2022 ਦੇ ਅੱਧ ਤੱਕ ਇਹ ਲਾਈਨ ਕੰਪਲੀਟ ਹੋ ਜਾਣਾ ਅਤੇ ਫਿਰ ਇਹਦੇ ਥਰੂ ਜਿਹੜਾ ਤੇਲ ਹੈ ਅਸੀਂ ਜਿਹੜੇ ਏਸ਼ੀਆ ਦੇ ਕੰਟਰੀ ਆ ਉਹਨਾਂ ਨੂੰ ਭੇਜ ਸਕਦੇ ਹਾਂ। ਅਗੇਨ ਥੈਂਕ ਯੂ ਟੂ ਐਵਰੀ ਵਨ ਫੋਰ ਕਮਿੰਗ ਐਂਡ ਆਈ ਜਸਟ ਵਾਂਟ ਟੂ reinforce that the decision that we made yesterday related to approving the Trans Mountain Pipeline Expansion Project was done after a careful consideration of the Federal Court of Appeals ruling responding to the deficiencies and the defects that the Federal Court of Appeal had identified, particularly related to lack of consultation with indigenous communities as well as not properly or not conducting the review of marine shipping on the marine environment. NEB had concluded its report in February, and now we have concluded our meaningful consultation with indigenous communities, listening to their concerns, offering them accommodations on many outstanding issues they had, reducing the impact of this project as well as on other areas. So we gave that approval yesterday. We feel that approving the Trans Mountain Pipeline Expansion Project is in the public interest. It will create thousands of jobs here in Alberta. It will allow us to take our resources to non-US markets and allow us to get a better price for our resources. At the same time, any profit earned from the pipeline will be used to invest into new technologies
and reduce our greenhouse gas emissions and making sure that we're transitioning to a more cleaner and greener economy. So once again, thank you so much for coming, and it's good news for Canada, it's good news for Alberta, and we have worked tirelessly to ensure that we have fulfilled our constitutional obligation with Indigenous communities. Thank you, Honorable Minister. Then we can expect showers on the ground. So the next step will be that National Energy Board will issue a certificate in a couple of days. We were at the work site, at the terminal here in Edmonton. Had the chance to meet with a couple of companies who will be hiring more people to expand the terminal as well as start working on the pumping stations, and that will start in a short amount of time. And there are some permits to be issued, and companies applying for those permits to be issued. We are very confident that construction on this project will start in this construction season. Okay. Yeah. And we need more pipelines. Is your government working on that as well? So we are working on three pipelines. We gave approval to Enbridge Line 3, which is almost completed in Canada, running into some issues in the U.S., and we're working with Secretary Perry to resolve those issues. The other pipeline that we are supporting is the Keystone XL pipeline, which again goes to the U.S. No issues in Canada, ready to start construction, and we are working with the U.S. to resolve some of the outstanding issues related to that project, and with the approval of Trans Mountain Pipeline expansion. Once these three pipelines are completed, we will see close to 2 million barrels per day of additional capacity to get Alberta resources to markets to the U.S. and beyond the U.S. We also understand that you would be selling this pipeline. So will it be sold after completion or during the process? We always said that we are not the long term. We're not going to be keeping this asset for the long term. And we will look for opportunities to sell this project to private sector at when the risks are lowered. We are also in conversations with Indigenous communities because they are also interested in the ownership of this project, and that process will be undertaken shortly. And once that is concluded, once we feel that project is properly de-risked, at that time we will look at transferring this asset over to new owners. Okay, Minister, how much increase in the employment percentage by you expect? So what do we expect from this with the completion and the construction of this project? That it will create close to 15,000 jobs during the construction. Okay. Then there will be ongoing jobs for the operation of this. Equally important is to understand that at this time, we are selling our oil at discount, mm-hmm. because we only have one customer. So when we have more customers than one, we will get more better price for our oil. So that will generate close to $72 billion of additional revenue for oil companies. It will generate close to $47 billion of new revenue for governments, for municipalities, for provincial governments, and the federal government. We are projecting that the federal government's share of that revenue, once the pipeline is in operation, will be close to $500 million on an annual basis, right, every year. And we're going to use that $500 million to invest into renewable energy, into new technologies, into reducing emissions from the oil sands. We're going to use that revenue to ensure that we are building greener communities and we're transitioning to green economy. Yeah, Mr. Minister, as under NAFTA, we have like free trade agreements with the U.S. as well as Mexico. So why we don't move to Mexico as a market? You know, I think I don't know the dynamics of the market needs in Mexico, but energy industry within U.S. and Canada is very integrated. We supply them a lot of oil, and we get a lot of oil from them as well, right? So it's very difficult to
distinct two countries from as far as the energy sector is concerned. We also know that the demand for oil will continue to be present in countries like in Asian countries. And that's the market we want to explore, and building a pipeline to tight water to the oceans allows us to do that and get more, and to do it the safest way possible. It is very important for us to stress that the measure we are putting in place on tanker safety, on the safety of water, of fish habitats, marine mammals, and the overall safety of the pipeline, this is the best way to transport your oil than doing it by rail. Mr. Will it be viable for us to supply this by landline to the Asian countries? Will it be viable? Or how we are going to transport it, or how they will buy from us by landline? Or to eastern provinces? Yeah. So we are always open for proposals to build new pipelines. There are also existing pipelines that are being optimized. For example, 5 years ago, very little of the oil that was consumed in Quebec came from Alberta. Right? Now, almost 50% of the oil that is used and consumed in Quebec comes from Alberta. Right? So we always look for opportunities to ensure that that Alberta oil is supplied to country within our country as well as beyond our boundaries. There's one more question, Mr. Between BC and Alberta on this pipeline, always they have conflicting opinions. So what federal government is planning to resolve this issue? As you know, there was a case in the court where British Columbia wanted the British Columbia's Court of Appeal to determine whether they have the authority to implement environmental regulations on the shipment of bitumen and building of the pipelines. And the court was very clear that is a federal area of responsibility, that provinces don't have the ability to regulate or stop building of the pipelines that go between provinces. So legally, we have the authority, and we have exercised that authority with this approval. And in the past, we have been very clear. We will continue to work with the province of British Columbia to listen to their concerns. But we have been very clear that building of the pipelines is the responsibility of the federal government, and we need to get our resources to markets beyond the United States in order to ensure that Alberta's economy continues to thrive, that we are able to provide energy that the world needs, and we are able to continue to create jobs here, not only in Alberta, but also in British Columbia. For example, majority of the jobs being created in the construction are going to be in British Columbia. I think those are the benefits for both provinces. Any more questions? Thank you so much. Thank you so much. Really, really appreciate it. Thank you. Good.